ਐਡਾ ਵੱਡਾ ਝੂਠ ਨਿਹਰਾ ਲੂਣ ਹੀ ਗੁੰਨੀ ਜਾਣਾ ਮੰਤਰੀ ਅਰਨਾ ਚੌਧਰੀ ਨੂੰ ਚਾਹੀਦਾ ਕੋਈ ਇਨਸਾਫ ਦੀ ਗੱਲ ਕਰੇ। ਆ ਜਿੱਥੇ ਜਿੱਥੇ ਮੈਂ ਆਇਆ ਸਾਰੀਆਂ ਸੜਕਾਂ ਟੁੱਟੀਆਂ ਨੇ, ਗਲੀਆਂ ਟੁੱਟੀਆਂ। ਕੋਈ ਡਿਵੈਲਪਮੈਂਟ ਦੀ ਗੱਲ ਕਰੋ, ਕੋਈ ਡਰਨ ਵਾਲੀ ਗੱਲ ਨਹੀਂ। ਅਕਾਲੀ ਦਲ ਤਕੜਾ ਆ, ਦਿਨ ਬ ਦਿਨ ਗ੍ਰਾਫ ਉੱਪਰ ਆ ਰਿਹਾ। ਇਹ ਲੱਭਣੇ ਨਹੀਂ ਜਿਹੜੇ MLA ਮੰਤਰੀ ਤੁਰੇ ਫਿਰਦੇ ਨੇ। ਕਾਂਗਰਸੀ ਨੇਤਾਵਾਂ ਦੀ ਸ਼ਹਿ ਉੱਤੇ ਅਕਾਲੀ ਵਰਕਰਾਂ ਉੱਤੇ ਕੀਤੇ ਜਾ ਰਹੇ ਹਨ ਝੂਠੇ ਮਾਮਲੇ ਦਰਜ। ਇਹ ਇਲਜ਼ਾਮ ਲਗਾਏ ਹਨ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ। ਗੁਰਦਾਸਪੁਰ ਦੇ ਪਿੰਡ ਪਟੋਆ ਵਿੱਚ ਇੱਕ ਅਕਾਲੀ ਵਰਕਰ ਉੱਤੇ ਖੇਤਾਂ ਨੂੰ ਜਾਣ ਵਾਲੇ ਰਸਤੇ ਨੂੰ ਆਪਣੀ ਜ਼ਮੀਨ ਵਿੱਚ ਮਿਲਾਉਣ ਅਤੇ ਉਸ ਨੂੰ ਖੁਰਦ ਬੁਰਦ ਕਰਨ ਦੇ ਇਲਜ਼ਾਮ ਵਿੱਚ ਉਸ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਿਸ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈਸ ਵਾਰਤਾ ਕਰਦਿਆਂ ਦੱਸਿਆ ਕਿ ਅਕਾਲੀ ਵਰਕਰਾਂ ਨੂੰ ਦਬਾਉਣ ਲਈ ਸਿਆਸੀ ਦਬਾਅ ਦੇ ਚੱਲਦੇ ਇਹ ਮਾਮਲੇ ਦਰਜ ਕੀਤੇ ਗਏ ਹਨ। ਇਹ ਉਹ ਰਸਤਾ ਆ ਜਿਹੜੀ ਤੁਹਾਡੇ ਨਾਲ ਪਹਿਲਾਂ ਪ੍ਰੈਸ ਕਾਨਫਰੰਸ 'ਚ ਗੱਲ ਕਰਕੇ ਆਏ ਹਾਂ ਕਿ ਦਲਵੀਰ ਸਿੰਘ ਜਿਹੜਾ ਸਾਡਾ ਜ਼ਿਲ੍ਹੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਵਾਈਸ ਪ੍ਰਧਾਨ ਆ, ਉਹ 'ਤੇ ਨਜਾਇਜ਼ ਪਰਚਾ ਸਾਰੇ ਭਰਾਵਾਂ 'ਤੇ ਕੀਤਾ ਗਿਆ। ਉਹਦਾ ਭਰਾ ਹੈੱਡ ਕੰਸਟੇਬਲ, ਉਹਨੂੰ ਸਸਪੈਂਡ ਕਰਾਤਾ ਗਿਆ। ਉਹਦੇ ਦੂਜੇ ਭਰਾ 'ਤੇ ਇਤਨਾ ਦੇ ਪਰਚੇ, ਪਹਿਲਾਂ ਵੀ 3-4 ਪਰਚੇ ਹੋਏ ਨੇ, ਸ਼ਰਾਬ ਦੇ ਹੋਏ ਨੇ, ਬੀੜੀ ਚੋਰੀ ਦੇ ਹੋਏ ਨੇ। ਪਰ ਇਹ ਮੌਕਾ ਤੁਹਾਨੂੰ ਤਾਂ ਦੱਸਿਆ ਵੀ ਜਿਹੜਾ ਇਹ ਕਹਿ ਰਹੇ ਨੇ ਕਿ ਰਾਹ ਖੁਰਦ ਬੁਰਦ ਕਰਤਾ, ਇਹ ਰਾਹ ਵੇਖੋ ਮੌਕੇ ਦੇ ਉੱਤੇ ਮੌਜੂਦ ਆ, ਤੁਹਾਡਾ ਸ਼ਿਕਾਇਤ ਕਰਤਾ ਆ, ਮੈਂ ਤੁਹਾਡੇ ਰਾਹੀਂ ਇਸ ਨਾਲ ਦੇਣਾ ਚਾਹੁੰਦਾ ਵੀ ਉਹਦੇ 'ਤੇ ਹੁਣ ਪਰਚਾ ਬਣਾਇਆ ਏ, 82 ਬਣਨੀ ਆ ਜਦੋਂ ਪਰਚਾ ਕੈਂਸਲ ਹੋਣਾ। ਹਾਈਕੋਰਟ ਕੁਐਸ਼ਨ ਪਾਵਾਂਗੇ, SSP ਸਾਹਿਬ ਨੂੰ ਇਨਕੁਆਇਰੀ ਵੀ ਕਰਾਵਾਂਗੇ, DC ਸਾਹਿਬ ਨੂੰ ਰਿਕਾਰਡ ਵੀ ਦੱਸਾਂਗੇ, ਇਹ ਸਾਰੀ ਗੱਲਬਾਤ ਦੱਸਾਂਗੇ। ਪਰ ਆਉਣ ਦਾ ਮਕਸਦ ਇਹ ਐਡਾ ਵੱਡਾ ਝੂਠ ਨਿਹਰਾ ਲੂਣ ਹੀ ਗੁੰਨੀ ਜਾਣਾ ਮੰਤਰੀ ਅਰਨਾ ਚੌਧਰੀ ਨੂੰ ਚਾਹੀਦਾ ਕੋਈ ਇਨਸਾਫ ਦੀ ਗੱਲ ਕਰੇ। ਆ ਜਿੱਥੇ ਜਿੱਥੇ ਮੈਂ ਆਇਆ ਸਾਰੀਆਂ ਸੜਕਾਂ ਟੁੱਟੀਆਂ ਨੇ, ਗਲੀਆਂ ਟੁੱਟੀਆਂ। ਕੋਈ ਡਿਵੈਲਪਮੈਂਟ ਦੀ ਗੱਲ ਕਰੋ ਵੀ ਬਜਾਏ ਵੀ ਅਕਾਲੀਆਂ ਨੂੰ ਡਰਾਉਣਾ, ਵਰਕਰਾਂ ਨੂੰ ਦਬਾਉਣਾ, ਇੱਕ ਵੀ ਅਕਾਲੀ ਦਲ ਦਾ ਵਰਕਰ ਸਾਡੇ ਜ਼ਿਲ੍ਹੇ 'ਚੋਂ ਜਾਂ ਬੀਨਨਗਰ ਹਲਕੇ 'ਚੋਂ ਕਾਂਗਰਸ 'ਚ ਨਹੀਂ ਗਿਆ, ਭਾਵੇਂ ਜਿੰਨੇ ਮਰਜ਼ੀ ਪਰਚੇ ਹੋਏ ਨੇ। ਪਰ ਜਿਹੜੇ ਕਾਂਗਰਸੀ ਇਹ ਵਾਅਦੇ ਕਰਨ ਰਹੇ ਨੇ, ਮੈਨੂੰ ਨਹੀਂ ਸਮਝ ਲੱਗਦੀ ਕਿ ਉਹਨਾਂ ਕਾਹਨੂੰ ਕੀ ਇਹ ਕਿੱਥੇ ਰਹਿਣਾ ਜਾਂ ਕਿੱਦਾਂ ਕਰਨਾ ਜਾਂ ਕੀ ਗੱਲਬਾਤ ਕਰ ਰਹੀਆਂ। ਸੋ ਇਸ ਕਰਕੇ ਤੁਹਾਨੂੰ ਮੌਕਾ ਦੱਸਿਆ ਵੀ ਇਹ 4 ਪਰਚੇ ਹੋਏ ਨੇ, ਬਾਕੀ ਸਾਡੇ ਗੁਰਦਾਸਪੁਰ 'ਤੇ ਅੱਤ ਹੋ ਗਈ ਆ, ਉਹਦੀ ਮੈਂ ਇੱਥੇ ਗੱਲ ਨਹੀਂ ਕਰਦਾ ਅਤੇ ਉਹ ਤੁਹਾਨੂੰ ਸਾਰਾ ਪਤਾ ਹੀ ਆ। ਕੋਈ ਗੱਲ ਨਹੀਂ, ਕੋਈ ਡਰਨ ਵਾਲੀ ਗੱਲ ਨਹੀਂ। ਅਕਾਲੀ ਦਲ ਤਕੜਾ ਆ, ਦਿਨ ਬ ਦਿਨ ਗ੍ਰਾਫ ਉੱਪਰ ਆ ਰਿਹਾ, ਇਹ ਲੱਭਣੇ ਨਹੀਂ ਜਿਹੜੇ MLA ਮੰਤਰੀ ਤੁਰੇ ਫਿਰਦੇ ਨੇ। ਔਰ ਜਿਹੜੇ ਕਾਂਗਰਸੀ ਨੇ, ਮੇਰੀ ਬੇਨਤੀ ਆ ਉਹਨੂੰ ਵੀ ਇਹ ਪਿੰਡਾਂ 'ਚ ਨਾਂ ਰਿਵਾਜ਼ ਪਾਓ, ਇਹ ਲੀਡਰ ਲੜਾਉਣ ਡਏ ਨੇ, ਤੁਹਾਨੂੰ ਹਿਸਾਬ ਦੇਣਾ ਪੈਣਾ। ਫਿਰ ਤੁਸੀਂ ਇਹ ਗੱਲ ਕਰਨੀ ਹੈ ਕਿ ਸਾਡੇ ਬੰਦੇ ਵਾਅਦੇ ਕਰਦੇ ਨੇ, ਔਰ ਇੰਨਾ ਝੂਠ ਵੀ ਇਹ ਮੌਕੇ ਦੇ ਉੱਤੇ ਵੇਖ ਲਓ ਰਸਤਾ ਹੈਗਾ, ਉਹਦਾ ਰਸਤਾ ਨੰਬਰ ਪਾਇਆ, ਇੱਥੋਂ 200 ਕਿਲਾ ਦੂਰ ਆ, ਉਹਨਾਂ ਦਾ ਕੋਈ ਵਾਸਤਾ ਨਹੀਂ। ਔਰ ਇਹ ਪੰਚਾਇਤ ਦੇ ਨਹੀਂ, ਕੋਈ ਪੰਚਾਇਤ ਦੀ ਮਾਲਕੀ ਨਹੀਂ। ਔਰ ਇਹ ਪਰਚੇ ਕੈਂਸਲ ਹੋਣਗੇ ਔਰ ਕਾਰਵਾਈ ਕਰਾਂਗੇ, ਸੰਬੰਧਿਤ ਅਫਸਰਾਂ 'ਤੇ ਵੀ ਕਰਾਂਗੇ, ਮੁਲਾਜ਼ਮਾਂ 'ਤੇ ਵੀ ਕਰਾਂਗੇ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।